ਬਟਾਲੇ ਇੱਕ ਕੋਈ ਪਲਾਟ ਦੇ ਝਗੜੇ ਦੇ ਸਬੰਧ ਗੋਲੀ ਚੱਲੀ ਹੈ। ਮੌਕੇ ਤੋਂ ਸਾਡੀ ਪੁਲਿਸ ਨੇ ਇਮੀਡੀਏਟ ਲਈ ਕਾਰਵਾਈ ਕਰਦੇ ਹੋਏ ਸਾਡੇ ਚੌਕੀਦਾਰ ਤੇ ਐਸਐਚਓ ਨੇ ਚਾਰ ਬੰਦਿਆਂ ਨੂੰ ਕਾਬੂ ਕੀਤਾ। ਅਸੀਂ ਪਰਚਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ। ਇਹ ਸਰ ਜਗਜੀਤ ਸਿੰਘ ਸਾਨੂੰ ਗੁਰਬਖਸ਼ ਉਹਨਾਂ ਦੀ ਮਾਲਕੀ ਪੁਰਾਣੀ ਉਹਨਾਂ ਦੇ ਮਾਲ ਦੇ ਕਾਗਜ਼ ਜਮ੍ਹਾਂ ਬੰਦੀ ਸਾਰਾ ਉਹਨਾਂ ਨਾਮ ਆ ਅਤੇ ਜੇ ਦੂਜੀ ਪਾਰਟੀ ਬਲਜੀਤ ਸਿੰਘ ਜਿਹੜੇ ਹੋਟਲ ਵਾਲੇ ਉੱਥੇ ਬੰਦੇ ਆ ਉਹਨਾਂ ਪਹਿਲਾਂ ਦੋ ਤਿੰਨ ਵਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਰੋਡ ਆਡੇ ਚਲਾਏ ਉਹਨਾਂ ਨੇ ਕਈ ਵਾਰ ਚਲਾਏ ਆ ਅਤੇ ਅਸੀਂ ਇਸ ਬਾਅਦ ਸਟੇ ਦਾ ਦਾਅਵਾ ਵੀ ਪਾਇਆ ਅਦਾਲਤ ਦੇ ਵਿੱਚ। ਅੱਜ ਫਿਰ ਉਹ ਕਬਜ਼ਾ ਕਰਨ ਆਏ ਜੋ ਪਾਰਟੀ ਨੇ ਮੈਨੂੰ ਇਨਫੋਰਮ ਕੀਤਾ ਵਾ ਕਬਜ਼ਾ ਕਰਨ ਆਏ ਕੰਧਾਂ ਕੰਧੇ ਕੁਛ ਅਤੇ ਉਹਨਾਂ ਵੀ ਉੱਪਰ ਗੋਲੀ ਚਲਾਈ ਇਹਨਾਂ 'ਤੇ ਥੱਲਿਓਂ ਆਪਣੇ ਡਿਫੈਂਸ ਗੋਲੀ ਚਲਾਈ ਆ। ਤੁਸੀਂ ਵੀਡੀਓ ਵਾਇਰਲ ਵਿੱਚ ਵੇਖ ਲਿਓ ਇਹ ਥੱਲੇ ਇਹਨਾਂ ਕਾਰ ਖੜਤੀ ਕਾਰ ਵੀ ਭੰਨਣ ਨੇ ਬੰਦੇ ਉਹ ਵੀਡੀਓ ਵਿੱਚ ਤੁਸੀਂ ਪਛਾਣ ਸਕਦੇ ਹੋ ਬੰਦੇ ਕਿਹੜੇ ਪੁਲਿਸ ਵੀ ਪਛਾਣਦੀ ਆ। ਦਰਖਾਸਤ ਅਸੀਂ ਵੀ ਐਸ ਪੀ ਸਾਹਿਬ ਨੂੰ ਦਿੱਤੀ ਆ ਅਤੇ ਉਹਨਾਂ ਦੇ ਪਰਚੇ ਨਾਲ ਸਾਡੀ ਪਾਰਟੀ ਮੇਰੀ ਪਾਰਟੀ ਦਾ ਕਬਜ਼ਾ ਪਰਚਾ ਉਹ ਦਰਜ ਕੀਤਾ ਜਾਵੇ। ਸਾਡੀ ਮੇਰੀ ਇਹ ਦਰਖਾਸਤ ਆ ਵੀ ਸਾਡੀ ਪਾਰਟੀ ਦਾ ਮਾਲ ਦੇ ਕਾਗਜ਼ ਨਾ ਦੂਜੀ ਪਾਰਟੀ ਬਿਨਾਂ ਕਾਗਜ਼ਾਂ ਤੋਂ ਨਾ ਇਹ ਜਿਹਾ ਕਬਜ਼ਾ ਬਿਨਾਂ ਕਿਸੇ ਰੈਵਨਿਊ ਰਿਕਾਰਡ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਮੈਂ ਹਾਂਜੀ ਨਹੀਂ ਗੱਲ ਗੋਲੀ ਮੇਰੇ ਘਰ ਕੋਈ ਨਹੀਂ ਲੱਗੀ, ਸਾਡੀ ਪਾਰਟੀ ਨੂੰ ਸੱਟਾਂ ਲੱਗੀਆਂ ਵਾ। ਸਾਡੀ ਪਾਰਟੀ ਬੰਦੇ ਨੂੰ ਕੁੱਟਿਆ ਸਾਡਿਆਂ ਨੂੰ। ਕਿੰਨੇ ਜਣੇ ਸੀ ਸਰ? ਉਹ ਕਾਫੀ ਬੰਦੇ ਸੀ, ਮਤਲਬ 15-20-25 ਬੰਦੇ ਸੀ। ਇਹ ਤਾਂ ਆਪਣੇ ਸਿਰਫ ਪਲਾਟ ਵੇਖਣ ਗਏ, ਠੀਕ ਹੈ ਨਾ, ਜਦੋਂ ਉੱਥੇ ਕਬਜ਼ਾ ਕਰਨ ਡੇ ਆ ਜਦੋਂ ਵੇਖਣਗੇ ਉੱਤੋਂ ਰੋਡੇ ਚਲਾਤੇ ਅਤੇ ਇਹਨੇ ਫਿਰ ਉੱਥੋਂ ਗੋਲੀ ਵੀ ਚੱਲੀ ਆ। ਫਿਰ ਇਹਨਾਂ ਮੈਂ ਵੀ ਮਤਲਬ ਆਪਣੀ ਡਿਫੈਂਸ 'ਚ ਗੋਲੀ ਚਲਾਈ ਆ। ਪੁਲਿਸ ਉੱਥੇ ਮੌਕੇ 'ਤੇ ਗਈ, ਪੁਲਿਸ ਨੇ ਦੂਜੀ ਪਾਰਟੀ ਨੂੰ ਅਰੈਸਟ ਨਹੀਂ ਕੀਤਾ, ਇਹਨੂੰ ਕੱਲ੍ਹ ਅਰੈਸਟ ਕੀਤਾ ਵਾ। ਉਹ ਜੋ ਕਿ ਐਕਸ ਕੌਂਸਲਰ ਬਲਜੀਤ ਸਿੰਘ ਸ਼ਾਇਦ ਮੇਰਾ ਅਤੇ ਸਾਡਾ ਸਿਵਲ ਸੂਟ ਇਸ ਬਾਬਤ ਚੱਲਦਾ ਵਾ। ਗੱਡੀ ਦੇ ਰੋੜੇ ਡੇ ਮਨ ਭਰਾ ਜੇ ਗੱਡੀ ਦਾ ਬਚਾਅ ਹੋਣ ਡਿਆ ਨਾ, ਬਾਹਰ ਆ ਜਾਣ ਗੱਡੀ ਤੁਹਾਨੂੰ। ਘੋੜਾ ਡਰਨ ਵੀ ਨਹੀਂ ਡਿਆ ਹੈ ਨਾ, ਚੱਲੀ ਹੈ।